ਕਰਨਾਟਕਾ ਦੇ ਮੂਲ ਨਿਵਾਸੀ ਅਤੇ ਪੰਜਾਬੀ ਭਾਸ਼ਾ ਪ੍ਰਤੀ ਅਥਾਂ ਪਿਆਰ ਰੱਖਣ ਵਾਲੇ ਪੰਡਿਤ ਰਾਓ ਤਨੇਵਰ ਨੇ ਇੱਕ ਵਾਰ ਫੇਰ ਪੰਜਾਬੀ ਭਾਸ਼ਾ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਹੈ। ਪੰਡਿਤ ਰਾਓ ਨੇ ਇਸ ਵਾਰ ਪੰਜਾਬੀ ਗਾਇਕ ਸਿੱਪੀ ਗਿੱਲ ਖਿਲਾਫ ਮੋਰਚਾ ਖੋਲਦੇ ਹੋਏ ਉਹਨਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਆਪਣੀ ਗਾਇਕੀ ਵਿੱਚ ਲੱਚਰ ਭਾਸ਼ਾ ਦਾ ਪ੍ਰਯੋਗ ਨਾ ਕਰੋ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਦੀ ਬੇਇੱਜ਼ਤੀ ਕਰਦੇ ਹੋਏ ਕਥਿਤ ਤੌਰ ਤੇ ਸ਼ਰਾਬੀ ਅਤੇ ਹਥਿਆਰਾਂ ਦੀ ਗਾਇਕੀ ਕਰਨ ਵਾਲੇ ਗਾਇਕਾਂ ਨੂੰ ਸਮਝਾਉਣ ਦੀ ਲੋੜ ਹੈ। ਸੁਣੋ ਪੰਡਿਤ ਰਾਓ ਦੇ ਸਖਤ ਬੋਲ। ਪਵਿੱਤਰ ਭਾਸ਼ਾ ਪੰਜਾਬੀ, ਰੂਹਾਨੀਅਤ ਭਰੀ ਭਾਸ਼ਾ ਪੰਜਾਬੀ। ਇਸ ਭਾਸ਼ਾ ਦੇ ਵਿੱਚ ਲੱਚਰ ਸ਼ਰਾਬੀ ਹਥਿਆਰੀ ਗਾਣੇ ਗਾ ਕੇ ਇਸ ਭਾਸ਼ਾ ਦੀ ਅਪਮਾਨ ਕਰਨ ਵਾਲੇ, ਇਸ ਭਾਸ਼ਾ ਨੂੰ ਅਸ਼ੁੱਧ ਅਪਵਿੱਤਰ ਕਰਨ ਵਾਲੇ ਗਾਇਕ ਨੂੰ ਮਾਫ਼ ਨਹੀਂ ਕੀਤਾ ਜਾਵੇਗਾ। ਸਿੱਪੀ ਗਿੱਲ ਦੇ ਖਿਲਾਫ਼ ਮੋਗਾ ਦੇ ਇੱਕ ਪੁਲਿਸ ਥਾਣੇ ਦੇ ਵਿੱਚ ਕੇਸ ਦਰਜ ਹੋਇਆ ਹੈ, ਕੇਸ ਚਲੇਗੀ। ਇਹ ਤਾਂ ਸ਼ੁਰੂਆਤ ਹੈ। ਸਿੱਧੂ ਮੂਸੇਵਾਲਾ ਅਤੇ ਮਨਪ੍ਰੀਤ ਔਲਖ ਤੋਂ ਬਾਅਦ ਸਿੱਪੀ ਗਿੱਲ ਦੇ ਖਿਲਾਫ਼ ਕੇਸ ਦਰਜ ਹੋਇਆ ਹੈ। ਇਸ ਤੋਂ ਬਾਅਦ ਆਰਨੇਟ ਸਿੰਘਾ, ਦਿਲਪ੍ਰੀਤ ਢਿੱਲੋਂ, ਕਰਨ ਔਜਲਾ ਸਾਰੇ ਦੇ ਖਿਲਾਫ਼ ਕੇਸ ਚਲੇਗੀ। ਮੈਂ ਛੱਡਣਾ ਨਹੀਂ। ਇਹਨਾਂ ਨੇ ਇਸ ਪਵਿੱਤਰ ਭਾਸ਼ਾ ਦੀ ਦੁਰਉਪਯੋਗ ਕਰਕੇ ਗਲਤ ਗਾਣਾ ਗਾ ਚੁੱਕੇ ਨੇ। ਜਦ ਤੱਕ ਇਹ ਪਵਿੱਤਰ ਭਾਸ਼ਾ ਦੇ ਵਿੱਚ ਬਾਬਾ ਨਾਨਕ ਦੇ ਬਾਣੀ ਨਹੀਂ ਗਾਉਣਗੇ, ਕਿਸਾਨ ਬਾਰੇ ਨਹੀਂ ਗਾਣਾ ਗਾਉਣਗੇ, ਪੰਜਾਬੀ ਅਤੇ ਦੇ ਗਾਣਾ ਨਹੀਂ ਗਾਉਣਗੇ, ਮੈਂ ਨਹੀਂ ਛੱਡਣਾ ਇਹਨਾਂ ਨੂੰ। ਕੇਸ ਚੱਲੇਗੀ, ਇੱਕ ਇੱਕ ਦੇ ਖਿਲਾਫ਼ ਚੁਣ ਚੁਣ ਕੇ ਕੇਸ ਚੱਲੇਗੀ। ਚੰਗਾ ਇਹ ਹੋਏਗੀ, ਸਾਰੇ ਗਾਣੇ ਗੰਦੇ ਗਾਣਾ ਛੱਡ ਕੇ ਬਾਬਾ ਨਾਨਕ ਦੀ ਬਾਣੀ ਗਾਓ, ਪੰਜਾਬ ਪੰਜਾਬੀ ਅਤੇ ਦੇ ਗਾਣਾ ਗਾਓ, ਭਾਰਤ ਵਰਸ਼ ਦੀ ਸ਼ਾਂਤੀ ਦੇਸ਼ ਭਗਤੀ ਵਿਸ਼ਵ ਸ਼ਾਂਤੀ ਦੀ ਗਾਣਾ ਗਾਓ, ਤੁਹਾਡੇ ਬੱਲੇ ਬੱਲੇ ਹੋਈਏ, ਵਰਨਾ ਕੇਸ ਕੋਰਟ ਜੇਲ੍ਹ। ਸ਼ੁਕਰੀਆ। ਦਰਅਸਲ ਮੋਗਾ ਦੇ ਥਾਣਾ ਮਹਿਣਾ ਵਿੱਚ ਸਿੱਪੀ ਗਿੱਲ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਇੱਕ ਗੀਤ ਨੂੰ ਲੈ ਕੇ ਦਰਜ ਹੋਇਆ ਹੈ। ਇਹ ਮਾਮਲਾ ਪ੍ਰੋਫੈਸਰ ਪੰਡਿਤ ਰਾਓ ਤਨੇਵਰ ਨੇ ਹੀ ਦਰਜ ਕਰਵਾਇਆ ਹੈ। ਬਿਊਰੋ ਰਿਪੋਰਟ, ਅਜੀਤ ਵੈਬ ਟੀਵੀ। ਵਧੇਰੇ ਖ਼ਬਰਾਂ ਦੇ ਲਈ ਤੁਸੀਂ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ।